ਜੇ ਬੀਸੀ ਵੱਲੋਂ ਹਰ ਸਾਲ ਇੱਕ ਅਜਿਹੇ ਕਾਰੋਬਾਰ ਨੂੰ ਚੁਣ ਕੇ BLBC ਹਾਲ ਆਫ ਫੇਮ ਦਾ ਦਰਜਾ ਦਿੱਤਾ ਜਾਂਦਾ ਹੈ ਜਿਸ ਨੇ ਆਪਣੇ ਕਾਰੋਬਾਰ ਜ਼ਰੀਏ ਸਮਾਜ ਵਿੱਚ ਵਿਲੱਖਣ ਭੂਮਿਕਾ ਨਿਭਾਈ ਹੋਵੇ ਜੋ ਕੁਛ ਪੀਰੇ ਨੇ ਕੀਤਾ ਹੋਰ ਕਿਸ ਨੇ ਆਪਣੀ ਕਮਿਊਨਿਟੀ ਵਿੱਚ ਕੀਤਾ ਨਹੀਂ ਤੁਸੀਂ ਦੇਖੋ ਹੈਗਾ ਚੇਅਰਮੈਨ ਆਫ ਓਸ਼ਨ ਸਪਰੇ ਹੁਣ ਆਪਣਾ ਬੈਂਕ ਆਫ ਕੈਨੇਡਾ ਦਾ ਬੋਰਡ ਅਤੇ ਨਾਲੇ ਇੱਥੇ ਆਪਣੀ ਕ੍ਰੈਨਬਰੀ ਬਿਜ਼ਨਸ ਐਂਡ ਲੀਡਿੰਗ ਕੰਪਨੀ ਹੈ BC ਵਿੱਚ ਜੋ ਕੁਛ ਉਹ ਪੀੜ ਨੇ ਕੀਤਾ ਮੀਨ ਸੌਖਾ ਕੰਮ ਨਹੀਂ ਤਾਂ ਮੈਂ ਇਹਦੀ ਫੈਮਲੀ ਪਹਿਲਾਂ ਤੋਂ ਜਾਣਦਾ ਮੈਂ ਉਹਦੀ ਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਮੈਂ ਉਹਦੇ ਡੈਡ ਨੂੰ ਜਾਣਦਾ ਹੁੰਦਾ ਸੀਗਾ ਹੁਣ ਹੀ ਇਜ਼ ਪਾਸਡ ਅਵੇ ਬਟ ਆਈ ਨੋ ਉਹਨੇ ਕਿੰਨਾ ਜ਼ੋਰ ਨਾਲ ਕੰਮ ਕੀਤਾ ਕਿੰਨਾ ਔਖਾ ਹੋਣ ਦਾ ਕੰਮ ਸੀਗਾ ਪਹਿਲਾਂ ਤੋਂ ਤਾਂ ਮੈਨੂੰ ਪਤਾ ਪੀੜ ਪਹਿਲਾਂ ਤੋਂ ਜੋ ਕੁਛ ਉਹਦਾ ਪੇ ਕਹਿੰਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਮੈਂ ਕਰਨਾ ਮੰਗਦਾ ਹੁੰਦਾ ਸੀਗਾ ਸੋ ਮੈਨੂੰ ਪਤਾ ਅਸੀਂ ਐਸ ਏ ਕਮਿਊਨਿਟੀ ਬਹੁਤ ਪ੍ਰਾਊਡ ਆ ਪੀਰੇ ਨੂੰ ਬਟ ਆਹਾ ਬੰਦਾ ਜਿਹੜਾ ਪੀਰੇ ਦਾ ਡੈਡ ਸੀਗਾ ਇਨ ਹੈਵਨ ਹੀ ਇਜ਼ ਗੋਇੰਗ ਟੂ ਬੀ ਅ ਹੈਪੀ ਮੈਨ ਟੂਡੇ ਬਿਕੋਜ਼ ਆਫ ਵਾਟ ਹਿਸ ਸਨ ਇਜ਼ ਮੈਨੇਜ ਟੂ ਅਕੰਪਲਿਸ਼ ਇਸ ਸਾਲ ਦਾ ਇਹ ਆਦਰਮਾਨ ਪੰਜਾਬੀ ਭਾਈਚਾਰੇ ਦੇ ਧਨਾੜ ਕਾਰੋਬਾਰੀ ਪੀਟਰ ਢਿੱਲੋਂ ਨੂੰ ਦਿੱਤਾ ਜਾ ਰਿਹਾ ਹੈ ਜੋ ਕਈ ਕਾਰੋਬਾਰਾਂ ਦੇ ਨਾਲ ਨਾਲ ਰਿਚ ਬੇਰੀ ਕੰਪਨੀਜ਼ ਦੇ ਮਾਲਕ ਅਤੇ ਕਈ ਬੋਰਡਸ ਦੇ ਚੇਅਰ ਦੇ ਨਾਲ ਨਾਲ ਸਮਾਜ ਸੇਵੀ ਵੀ ਹਨ ਯੂ ਨੋ ਵੱਡੀ ਆਨਰ ਆ ਆਹ ਪਹਿਲੇ ਬੰਦਾ ਸਾਡੀ ਕਮਿਊਨਿਟੀ ਤੋਂ ਪੰਜਾਬੀ ਕਮਿਊਨਿਟੀ ਤੋਂ ਆਹ ਅਵਾਰਡ ਮਿਲਣਾ ਮੇਰੇ ਚਿੱਤ ਵਿੱਚ ਆ ਮੈਂ ਰੈਪ੍ਰਜੈਂਟ ਨਾਟ ਜਸਟ ਮਾਈਸੈਲਫ ਮੈਂ ਆਪਣੀ ਸਾਰੀ ਕਮਿਊਨਿਟੀ ਟੂ ਤਾਂ ਯੂ ਨੋ ਇੱਕ ਚੀਜ਼ ਦੈਟ ਮੈਨੂੰ ਹੌਂਸਲਾ ਦਿੰਦਾ ਦੈਟ ਇਫ ਮੈਂ ਪਹਿਲਾ ਬੰਦਾ ਹਾਂ ਹੋਰ ਵੀ ਮੇਰੇ ਪਿੱਛੇ ਆ ਸਕਦਾ ਆ ਸੋ ਸਾਡੇ ਪੰਜਾਬੀ ਲੋਕਾਂ ਨੇ ਬਹੁਤ ਤਰੱਕੀ ਕੀਤੀ ਹੈ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੈਨੇਡਾ ਦੇ ਵਿੱਚ ਤਾਂ ਮੈਂ ਪਹਿਲਾ ਬੰਦਾ ਹੋਊਂਗਾ ਬਟ ਮੈਂ ਲਾਸਟ ਬੰਦਾ ਨਹੀਂ ਹੋਊਂਗਾ ਮੈਨੂੰ ਪੂਰਾ ਯਕੀਨ ਆ ਸਾਡੀ ਕਮਿਊਨਿਟੀ 'ਚ ਇੰਨੇ ਇੱਕ ਸਕਸੈਸਫੁਲ ਬੰਦੇ ਆ ਇੱਕ ਦਿਨ ਮੈਂ ਬੈਠੂੰਗਾ ਆਡੀਅੰਸ ਦੇ ਵਿੱਚ ਤਾਂ ਮੈਂ ਦੇਖੂੰਗਾ ਸਾਡੀ ਹੋਰ ਬੰਦੇ ਕਮਿਊਨਿਟੀ ਦੀ ਆਹ ਆਨਰ ਉਹਨਾਂ ਨੂੰ ਮਿਲੂਗੇ